ਪੰਜਾਬ ਦੀ ਆਵਾਜ਼ ਨਿਊਜ਼ ਚੈਨਲ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਜੋਧਾ ਵਿੱਚ ਕੋਰੋਨਾ ਪੋਜ਼ਿਟਿਵ ਦੇ 6 ਲੋਕਾਂ ਦੇ ਆਉਣ ਨਾਲ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ, ਪਰ ਇੱਕ ਪੰਜਾਬੀ ਅਖਬਾਰ ਰਾਹੀਂ ਮ੍ਰਿਤਕ ਸੂਚੀ ਵਿੱਚ ਇਹਨਾਂ 6 ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦਾ ਨਾਮ ਦਰਜ ਹੋਣ ਕਾਰਨ ਜਿੱਥੇ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਬਾਜ਼ਾਰ ਵਿੱਚ ਹਲਚਲ ਲੋਕਾਂ 'ਚ ਪੂਰੀ ਮਚ ਚੁੱਕੀ ਹੈ। ਜਦੋਂ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਨਾਲ ਫੋਨ 'ਤੇ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਅਸੀਂ ਆਪਣੇ ਘਰ ਵਿੱਚ 6 ਮੈਂਬਰ ਹੀ ਇਕਾਂਤਵਾਸ ਹਾਂ, ਪਰ ਅਖਬਾਰ ਵਿੱਚ ਸਾਨੂੰ ਮ੍ਰਿਤਕ ਸੂਚੀ ਵਿੱਚ ਦਰਜ ਕਰਕੇ ਸਾਨੂੰ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਵੱਲੋਂ ਬਹੁਤ ਫੋਨ ਆ ਰਹੇ ਨੇ, ਤਾਂ ਸਾਡੇ ਫੋਨ 'ਤੇ ਆਵਾਜ਼ ਸੁਣ ਕੇ ਹੈਰਾਨ ਹੋ ਜਾਂਦੇ ਹਨ ਕਿ ਤੁਸੀਂ ਤਾਂ ਜਿਉਂਦੇ ਹੋ, ਪਰ ਮ੍ਰਿਤਕ ਸੂਚੀ ਵਿੱਚ ਕਿਸ ਤਰ੍ਹਾਂ ਤੁਹਾਡੇ ਨਾਂ ਆਏ ਹਨ ਜੋ ਹੁਣ ਤੱਕ ਪਹੇਲੀ ਬਣੇ ਹੋਏ। ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਐਸਐਮਓ ਪੁੱਖ ਵਾਲ ਡਾਕਟਰ ਸੰਦੀਪ ਕੌਰ ਨਾਲ ਜਦੋਂ ਫੋਨ 'ਤੇ ਅਸੀਂ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਮੌਤ ਬਾਰੇ ਤਾਂ ਕੋਈ ਅਜਿਹੀ ਸਾਡੇ ਕੋਲ ਜਾਣਕਾਰੀ ਨਹੀਂ ਹੈ, ਪਰ ਜਦੋਂ ਉਹਨਾਂ ਦੀ ਪੋਜ਼ਿਟਿਵ ਰਿਪੋਰਟ ਆਈ ਸੀ ਤਾਂ ਅਸੀਂ ਆਈਸੋਲੇਸ਼ਨ ਕਰ ਦਿੱਤਾ ਗਿਆ ਸੀ। ਜਦੋਂ ਉਹਨਾਂ ਨੂੰ ਪੁੱਛਿਆ ਕਿ ਮਰੀਜ਼ ਤਾਂ ਆਪਣੇ ਘਰ ਹਨ, ਤਾਂ ਉਹਨਾਂ ਕਿਹਾ ਕਿ ਇਸ ਬਾਰੇ ਵੀ ਸਾਨੂੰ ਕੋਈ ਪ੍ਰੋਪਰ ਜਾਣਕਾਰੀ ਨਹੀਂ ਹੈ, ਪਰ ਉਹਨਾਂ ਦੇ ਘਰ ਨੂੰ ਜਾਣ ਵਾਲੇ ਰਸਤੇ ਨੂੰ ਅਸੀਂ ਸੀਲ ਕਰ ਦਿੱਤਾ, ਇਸ ਬਾਰੇ ਸਾਡੇ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਜੋ ਉਹਨਾਂ ਦੇ ਘਰ ਦੇ ਨਾਲ ਦੁਕਾਨਾਂ ਨੇ, ਉਹਨਾਂ ਦੁਕਾਨਦਾਰਾਂ ਦੇ ਟੈਸਟ ਕਰਨ ਲਈ ਸਾਡੀ ਸਿਹਤ ਵਿਭਾਗ ਦੀ ਟੀਮ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਦੀ ਟੀਮ ਨੂੰ ਦੇਖਦਿਆਂ ਹੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕਰਕੇ ਆਪਣੇ ਘਰਾਂ ਨੂੰ ਜਾਣਾ ਸ਼ੁਰੂ ਕਰ ਦਿੱਤਾ। ਕਈ ਦੁਕਾਨਦਾਰਾਂ ਵੱਲੋਂ ਕੋਰੋਨਾ ਟੈਸਟ ਵੀ ਕਰਵਾਏ ਗਏ, ਪਰ ਮ੍ਰਿਤਕ ਸੂਚੀ ਵਿੱਚ ਜੋਧਾ ਦੇ ਮਰੀਜ਼ਾਂ ਦੇ ਨਾਮ ਆਉਣ ਕਾਰਨ ਗ੍ਰਾਹਕ ਬਾਜ਼ਾਰ ਵਿੱਚ ਨਹੀਂ ਆ ਰਿਹਾ, ਜਿਸ ਕਰਕੇ ਦੁਕਾਨਦਾਰ ਵਿਹਲੇ ਬੈਠ ਕੇ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ।